ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪ ਜੀ ਦੇ ਨਾਲ ਜੋ ਮ ਵਿਸ਼ਾ ਸਾਂਝਾ ਕਰਨ ਜਾ ਰਿਹਾ ਹਾਂ ਸਿੱਖ ਰਹਿਤ ਮਰਿਆਦਾ ਦੀ ਬੰਦਤਰ ਕਿਵੇਂ ਬਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਰਹਿਤ ਮਰਿਆਦਾ ਦੀ ਬਣਾਈ ਗਈ ਜੋ ਕਿ ਸਿੱਖਾਂ ਦੀ ਸਰਮੋਰ ਜਥੇਬੰਦੀ ਵਜੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਂ ਤਖਤਾਂ ਵੱਲੋਂ ਪ੍ਰਮਾਣਿਤ ਹੋ ਕੇ ਸਾਡੇ ਕੋਲ ਸਿੱਖ ਰਹਿਤ ਮੁਰੀਦਾ ਆਈ ਉਸ ਦੇ ਬਨਾਵਟ ਦੇ ਪਿੱਛੇ ਇੱਕ ਬਹੁਤ ਲੰਮਾ ਇਤਿਹਾਸ ਹੈ ਜਿਸ ਦੇ ਵਿੱਚ ਸਿੱਖ ਕੌਮ ਦੇ ਪ੍ਰਸਿੱਧ ਵਿਦਵਾਨਾਂ ਨੇ ਆਪਣਾ ਅਹਿਮ ਯੋਗਦਾਨ ਨਿਭਾਇਆ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਰੋਹ ਰੀਤ ਸਬ ਕਮੇਟੀ ਵੱਲੋਂ ਰੋਹ ਰੀਤ ਦੇ ਖਰੜੇ ਦੀ ਪ੍ਰਵਾਨਗੀ ਸਰਬ ਹਿੰਦ ਸਿੱਖ ਮਿਸ਼ਨ ਬੋਰਡ ਨੇ ਮਤਾ ਨੰਬਰ 1 ਮਿਤੀ 1 8 1936 ਰਾਹੀਂ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਆਪਣੇ ਮਤੇ ਨੰਬਰ 149 ਮਿਤੀ 12-10-36 ਦੁਆਰਾ ਦਿੱਤੀ ਅਤੇ ਮੂੜ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਧਾਰਮਿਕ ਸਲਾਹਕਾਰ ਕਮੇਟੀ ਨੇ ਆਪਣੀ ਇਕਤਰਤਾ ਮਿਤੀ 7-1-45 ਵਿਖੇ ਇਹ ਵਿਚਾਰ ਦੇ ਕੇ ਇਸ ਕੁਝ ਵਾਧੇ ਘਾਟੇ ਕਰਨ ਦੀ ਸ਼ਿਫਾਰਿਸ਼ ਕੀਤੀ ਧਾਰਮਿਕ ਸਲਾਹਕਾਰ ਕਮੇਟੀ ਨੇ ਇਕਤਰਤਾ ਹੇਠ ਲਿਖੇ ਸੱਜਣ ਹਾਜ਼ਰ ਹੋਏ ਕਿਉਂਕਿ ਇਸ ਦੇ ਵਿੱਚ ਕੋਈ ਆਮ ਇਨਸਾਨ ਨਹੀਂ ਸਨ ਇਹ ਉਹ ਸੱਜਣ ਸਨ ਜਿਨ੍ਹਾਂ ਦੇ ਪੰਥ ਵਿੱਚ ਉਸ ਸਮੇਂ ਵਿਸ਼ੇਸ਼ ਯੋਗਦਾਨ ਧਾਰਮਿਕ ਤੌਰ ਦੇ ਉੱਤੇ ਸਮਾਜਿਕ ਤੌਰ ਤੇ ਉੱਤੇ ਰਾਜਨੀਤਿਕ ਤੌਰ ਦੇ ਉੱਤੇ ਪ੍ਰਮੁੱਖ ਸ਼ਖਸੀਅਤਾਂ ਸਨ ਜਿਨ੍ਹਾਂ ਦੇ ਵਿੱਚੋਂ ਸਿੰਘ ਸਾਹਿਬ ਜਥੇਦਾਰ ਮੋਹਨ ਸਿੰਘ ਜੀ ਤਖਤਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਅਚਰ ਸਿੰਘ ਜੀ ਹੈਡ ਗ੍ਰੰਥੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਪ੍ਰੋਫੈਸਰ ਤੇਜਤ ਸਿੰਘ ਐਮਏ ਖਾਲਸਾ ਕਾਲ ਜਮਲਸਰ ਪ੍ਰੋਫੈਸਰ ਗੰਗਾ ਸਿੰਘ ਪ੍ਰਿੰਸੀਪਲ ਸ਼ਹੀਦ ਸੈਕ ਮਸ਼ੀਨਰੀ ਕਾਲਜ ਸ੍ਰੀ ਅਮਰਸਰ ਗਿਆਨੀ ਲਾਲ ਸਿੰਘ ਜੀ ਐਮਏ ਪ੍ਰੋਫੈਸਰ ਸ਼ਹੀਦ ਸੈਕ ਮਸ਼ੀਨਰੀ ਕਾਲਜ ਅਮਰਸਰ ਪ੍ਰੋਫੈਸਰ ਸ਼ੇਰ ਸਿੰਘ ਜੀ ਐਮਐਸਸੀ ਗਵਰਨਮੈਂਟ ਕਾਲਜ ਲੁਧਿਆਣਾ ਬਾਬਾ ਪ੍ਰੇਮ ਸਿੰਘ ਜੀ ਹੋਤੀ ਮਰਦਾਨ ਵਾਲੇ ਪ੍ਰਸਿੱਧ ਹਿਸਟੋਰੀਅਨ ਗਿਆਨੀ ਬਾਦਲ ਸਿੰਘ ਜੀ ਇਨਚਾਰਜ ਜੋ ਪਿਸਕ ਮਿਸ਼ਨ ਹਾਪੜ ਦੇ ਇੰਚਾਰਜ ਸਨ ਜੋ ਕਿ ਪਹਿਲੇ ਇੰਚਾਰਜ ਵੀ ਸਨ ਧਾਰਮਿਕ ਸਲਾਹਕਾਰ ਕਮੇਟੀ ਬਣਾਈ ਇਹਨਾਂ ਨੇ ਕੁਝ ਵਾਅਦੇ ਘਾਟੇ ਕਰਨ ਦੇ ਜੋ ਮਤੇ ਪ੍ਰਾਪਤ ਕੀਤੇ ਸਨ ਧਾਰਮਿਕ ਸਲਾਹਕਾਰ ਕਮੇਟੀ ਦੀ ਸ਼ਿਫਾਰਿਸ਼ ਅਨੁਸਾਰ ਵਾਅਦਾ ਘਾਟਾ ਦੀ ਪ੍ਰਵਾਨਗੀ ਸ਼ੁਰੂਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਆਪਣੀ ਇਕਤਰਤਾ ਮਿਤੇ 3 2 1945 ਦੇ ਮਤਾ 97 ਦੇ ਰਾਹੀਂ ਇਹ ਦਿੱਤੀ ਸੀ ਇਹ ਰੋਹ ਰੀਡ ਦਾ ਜਿਹੜਾ ਪਹਿਲਾ ਮਤਾ ਸੀ ਜੋ ਪਹਿਲੀ ਪ੍ਰਮਾਣਗੀ ਸੀ ਉਹਦੇ ਵਿੱਚ ਜਿਹੜੀ ਰਿਪੋਰਟ ਹਾਜ਼ਰ ਕੀਤੀ ਸੀ ਉਹਨਾਂ ਦੇ ਵਿੱਚ ਜੋ ਪ੍ਰਸਿੱਧ ਵਿਦਵਾਨ ਸਨ ਉਹਨਾਂ ਨੇ ਅਗਲੇ ਸਫਿਆਂ ਦੇ ਅੰਦਰ ਜੋ ਸਿੱਖ ਰਹਿਤ ਮਰਿਆਦਾ ਬਾਰੇ ਅਸੀਂ ਵਿਚਾਰਾਂਗੇ ਰੋਹ ਰੀਤ ਕਮੇਟੀ ਵਿੱਚੋਂ ਸ਼ੋਣੇ ਗੁਰਦਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਜਿਸ ਦੀ ਰਿਪੋਰਟ ਸਹਿਤ ਪਹੁੰਚੀ ਸੀ ਉਹ ਹੇਠ ਲਿਖੇ ਵਿਖੇ ਇਸ ਪ੍ਰਕਾਰ ਦਿੱਤੀ ਗਈ ਸੀ ਇਸ ਰਿਪੋਰਟ ਦੇ ਵਿੱਚ ਸੇਵਾ ਵਿਖੇ ਸ਼੍ਰੀਮਾਨ ਸਕੱਤਰ ਸਾਹਿਬ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸ੍ਰੀਮਾਨ ਜੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰਿਆਂ ਵਿੱਚ ਗੁਰ ਗੁਰ ਮਰਿਆਦਾ ਨੂੰ ਠੀਕ ਤਰ੍ਹਾਂ ਨਿਯਮ ਕਰਨ ਹਿਤ ਰਹਿਤ ਮਰਿਆਦਾ ਦਾ ਇੱਕ ਖਰੜਾ ਤਿਆਰ ਕਰਨ ਲਈ ਹੇਠ ਲਿਖੇ ਸੱਜਣਾ ਦੀ ਸਬ ਕਮੇਟੀ ਬਣਾਈ ਗਈ ਸੀ ਜਿਦੇ ਵਿੱਚ ਪੰਥ ਪ੍ਰਸਿੱਧ ਵਿਦਵਾਨ ਗਿਆਨੀ ਠਾਕੁਰ ਸਿੰਘ ਜੀ ਅੰਮ੍ਰਿਤਸਰ ਵਾਲੇ ਗਿਆਨੀ ਸ਼ੇਰ ਸਿੰਘ ਜੀ ਭਾਈ ਬੋਧ ਸਿੰਘ ਜੀ ਅਕਾਲੀ ਕੌਰ ਸਿੰਘ ਜੀ ਸੰਗਤ ਸਿੰਘ ਜੀ ਕਮਾਲੀਆ ਵਾਲੇ ਭਾਈ ਕਾਨ ਸਿੰਘ ਜੀ ਨਾਭਾ ਪਸੰਤ ਗੁਲਾਬ ਸਿੰਘ ਜੀ ਕੋਹਲਿਆ ਭਾਈ ਲਾਭ ਸਿੰਘ ਜੀ ਗ੍ਰੰਥੀ ਸ੍ਰੀ ਹਰਮੰਦਰ ਸਾਹਿਬ ਜੀ ਭਾਈ ਹਜੂਰਾ ਸਿੰਘ ਜੀ ਹਜ਼ੂਰ ਸਾਹਿਬ ਵਾਲੇ ਉਹਨਾਂ ਵੱਲੋਂ ਹਜ਼ੂਰ ਤਖਤ ਸ੍ਰੀ ਹਜ਼ੂਰ ਸਾਹਿਬ ਵੱਲੋਂ ਪ੍ਰਤੀਨਿਧ ਭੇਜਿਆ ਗਿਆ ਸੀ ਪੰਡਿਤ ਬਸੰਤ ਸਿੰਘ ਜੀ ਪਟਿਆਲੇ ਵਾਲੇ ਭਾਈ ਵੀਰ ਸਿੰਘ ਜੀ ਅੰਮ੍ਰਿਤਸਰ ਵਾਲੇ ਗਿਆਨੀ ਹੀਰਾ ਸਿੰਘ ਜੀ ਦਰਦ ਜੋ ਕਿ ਉਹਨਾਂ ਦੇ ਨਾਲ ਆ ਬਾਬਾ ਹਰਕ੍ਰਿਸ਼ਨ ਸਿੰਘ ਜੀ ਪ੍ਰਿੰਸੀਪਲ ਗੁਰੂ ਨਾਨਕ ਖਾਲਸਾ ਕਾਲਜ ਗੁਜਰਾਵਾਲ ਤੋਂ ਭਾਈ ਤਰਲੋਚਨ ਸਿੰਘ ਜੀ ਸੁਰ ਸਿੰਘ ਜ਼ਿਲ੍ਹਾ ਲਾਹੌਰ ਤੋਂ ਗਿਆਨੀ ਹਮੀਰ ਸਿੰਘ ਜੀ ਅੰਮ੍ਰਿਤਸਰ ਤੋਂ ਪੰਡਿਤ ਕਰਤਾਰ ਸਿੰਘ ਜੀ ਦਾਖਾ ਜ਼ਿਲ੍ਹਾ ਲੁਧਿਆਣੇ ਤੋਂ ਜਸੇਦਾਰ ਸਾਹਿਬ ਅਕਾਲ ਤਖਤ ਸਾਹਿਬ ਤੋਂ ਜਥੇਦਾਰ ਸਾਹਿਬ ਕੇਸਗੜ੍ਹ ਸਾਹਿਬ ਤੋਂ ਜਥੇਦਾਰ ਸਾਹਿਬ ਤੱਕ ਸ੍ਰੀ ਪਟਨਾ ਸਾਹਿਬ ਤੋਂ ਪ੍ਰੋਫੈਸਰ ਗੰਗਾ ਸਿੰਘ ਜੀ ਪ੍ਰੋਫੈਸਰ ਜੋਸ਼ ਸਿੰਘ ਜੀ ਸੰਤ ਮਾਨ ਸਿੰਘ ਜੀ ਕਨਖਲ ਵਾਲੇ ਜਥੇਦਾਰ ਤੇਜਾ ਸਿੰਘ ਜੀ ਭਾਈ ਰਣਧੀਰ ਸਿੰਘ ਜੀ ਅਖੰਡ ਕੀਰਤਨੀ ਜਥੇ ਦੇ ਮੁਖੀ ਪ੍ਰੋਫੈਸਰ ਤੇਜਾ ਸਿੰਘ ਜੀ ਕਮੇਨਰ ਜੋ ਕਿ ਇਸ ਸਬ ਕਮੇਟੀ ਦੇ ਵਿੱਚ ਸ਼ਾਮਿਲ ਸਨ ਇਸ ਸਬ ਕਮੇਟੀ ਸਮਾਗਮ 4 5 ਅਕਤੂਬਰ 1931 1 ਜਨਵਰੀ 1932 ਅਤੇ 31 ਜਨਵਰੀ 1932 ਵਿੱਚ ਤਖਤ ਸ੍ਰੀ ਅਕਾਲ ਤਖਸੈ ਵਿਖੇ ਹੋਏ ਜਿਨ੍ਹਾਂ ਵਿੱਚ ਹੇਠ ਲਿਖੇ ਮੈਂਬਰਾਂ ਦੇ ਦਰਸ਼ਨ ਦੇ ਕੇ ਵਿਚਾਰ ਦੇ ਕੇ ਹਿੱਸਾ ਲਿਆ ਅਕਾਲੀ ਕੌਰ ਸਿੰਘ ਜੀ ਗਿਆਨੀ ਸ਼ੇਰ ਸਿੰਘ ਜੀ ਸੰਤਮਾਨ ਸਿੰਘ ਜੀ ਨਿਰਮਲੇ ਪ੍ਰੋਫੈਸਰ ਗੰਗਾ ਸਿੰਘ ਜੀ ਜਸਵੰਤ ਅਕਾਲ ਤਖਸੈ ਸਾਹਿਬ ਜਸਵੰਤ ਕੇਸਗੜ ਸਾਹਿਬ ਗਿਆਨੀ ਹੀਰਾ ਸਿੰਘ ਜੀ ਦਰਦ ਭਾਈ ਲਾਲ ਸਿੰਘ ਜੀ ਗਿਆਨੀ ਠਾਕੁਰ ਸਿੰਘ ਜੀ ਗਿਆਨੀ ਹੰਮੀਰ ਸਿੰਘ ਜੀ ਬਾਬਾ ਹਰਿਕਿਸ਼ਨ ਸਿੰਘ ਜੀ ਜਫੇਦਾਰ ਤੇਜਾ ਸਿੰਘ ਜੀ ਭਾਈ ਤਰਲੋਚਨ ਸਿੰਘ ਜੀ ਭਾਈ ਦਾਸ ਕਵੀਨਰ ਇਹਨਾਂ ਤੋਂ ਇਲਾਵਾ ਹੇਠਲੇ ਕੇ ਸੱਜਣ ਕਦੀ ਕਦੀ ਦਰਸ਼ਨ ਦਿੰਦੇ ਰਹੇ ਜਿਨ੍ਹਾਂ ਵਿੱਚ ਸਰਦਾਰ ਧਨਵੰਤ ਸਿੰਘ ਜੀ ਪ੍ਰਿੰਸੀਪਲ ਸੇਕ ਕਮਿਸ਼ਨਰੀ ਕੋਲ ਸਰਦਾਰ ਭਾਗ ਸਿੰਘ ਜੀ ਵਕੀਲ ਗੁਰਦਾਸਪੁਰ ਤੋਂ ਸਰਦਾਰ ਬਸਾਵਾ ਸਿੰਘ ਜੀ ਸਕੱਤਰ ਸ਼ੋਨੀ ਗੁਰਦਵਾਰਾ ਪ੍ਰਬੰਧਕ ਕਮੇਟੀ ਮਾਸਟਰ ਤਾਰਾ ਸਿੰਘ ਜੀ ਪ੍ਰਧਾਨ ਸ਼ੋਨੀ ਅਕਾਲੀ ਦਲ ਇਸ ਖਰੜੇ ਇਸ ਰੋਹ ਰੀਤ ਵੱਲੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸੇਵਾ ਵਿੱਚ ਪੇਸ਼ ਕੀਤਾ ਗਿਆ ਆਸ਼ਾ ਹੈ ਕਿ ਇਸ ਖਰੜੇ ਨੂੰ ਪੰਥ ਦੀ ਰਾਇ ਲੈਂਨ ਸੰਬੰਧੀ ਛਪਵਾ ਕੇ ਪ੍ਰਕਾਸ਼ ਕਰੋਗੇ ਅਤੇ ਰਾਵਾਂ ਆਉਣ ਤੇ ਸ਼੍ਰੋਮਣੀ ਦੇ ਕਮੇਟੀ ਦੇ ਇਜਲਾਸ ਵਿੱਚ ਅੰਤਮ ਪ੍ਰਵਾਨਗੀ ਹੋਵੇਗੀ ਦੇਖੋ ਇਹਨਾਂ ਵਿਦਵਾਨਾਂ ਨੇ ਕਈ ਦਿਨਾਂ ਦੇ ਕਈ ਖੋਜ ਕਈ ਆਪਸ ਦੇ ਵਿੱਚ ਬਹਿਸਾਂ ਹੋਈਆਂ ਵਿਚਾਰਵਾਨਾਂ ਦੇ ਵਿਦਵਾਨ ਇਹ ਗੱਲ ਦੱਸਦੇ ਨੇ ਬਜ਼ੁਰਗ ਇਹ ਗੱਲ ਦੱਸਦੇ ਨੇ ਕਿ ਕਈ ਕਈ ਦਿਨਾਂ ਦੇ ਵਿੱਚ ਇੱਕ ਇੱਕ ਪੁਆਇੰਟ ਦੇ ਉੱਤੇ ਬਹਿਸ ਹੋਇਆ ਕਰਦੀ ਸੀ ਉਸ ਤੋਂ ਬਾਅਦ ਉਹ ਗੱਲ ਮਤੇ ਦੇ ਵਿੱਚ ਲੈ ਆਂਦੀ ਜਾਂਦੀ ਸੀ ਜਦੋਂ ਸਾਰੇ ਇੱਕ ਮਤ ਹੋ ਜਾਇਆ ਕਰਦੇ ਸਨ ਉਹ ਰਹਿਤ ਮਰਿਆਦਾ ਦੇ ਵਿੱਚ ਸ਼ਬਦ ਜੋ ਕਿ ਦਾਖਲ ਕੀਤੇ ਜਾਂਦੇ ਸਨ ਇਸ ਤੋਂ ਉਪਰੰਤ ਸ਼੍ਰੋਮਣੀ ਕਮੇਟੀ ਦੀ ਆਗਿਆ ਅਨੁਸਾਰ 8 ਮਈ 1932 ਨੂੰ ਖਰੜੇ ਉੱਤੇ ਇੱਕ ਵਾਰ ਹੋਰ ਵਿਚਾਰ ਕੀਤੀ ਗਈ। ਹੇਠ ਲਿਖੇ ਸੱਜਣ ਹਾਜ਼ਰ ਸਨ। ਜਥੇਦਾਰ ਤੇਜਸਿੰਘ ਜੀ, ਸੰਤ ਤੇਜਾ ਸਿੰਘ ਜੀ, ਗ੍ਰੰਥੀ ਨਨਕਾਣਾ ਸਾਹਿਬ ਜੀ, ਗਿਆਨੀ ਗੁਰਮੁਖ ਸਿੰਘ ਜੀ ਮੁਸਾਫਰ, ਗਿਆਨੀ ਨਾਹਰ ਸਿੰਘ ਜੀ, ਸਰਦਾਰ ਸੁਆਵਾ ਸਿੰਘ ਜੀ, ਸਕਤਰ ਸ਼ੋਣੀ ਕਮੇਟੀ, ਭਾਈ ਕਰਤਾਰ ਸਿੰਘ ਜੀ ਚੱਬਰ, ਸੰਤ ਬ੍ਰਿ얌 ਸਿੰਘ ਜੀ, ਗਰਮੂ ਗਰਮੂਲਾ ਮੈਂਬਰ ਇੰਚਾਰਜ ਨਨਕਾਣਾ ਸਾਹਿਬ ਜੀ ਪਾਈ ਪ੍ਰਤਾਪ ਸਿੰਘ ਦੀਆਂ ਪੁਸਤਕਾਂ ਵਾਲੇ ਸਰਦਾਰ ਲਾਲ ਸਿੰਘ ਜੀ ਸ਼ੋਣੀ ਕਮੇਟੀ ਵਾਲੇ ਜਹੇਦਾਰ ਮੋਹਨ ਸਿੰਘ ਜੀ ਤਖਸ਼ਰੀ ਅਕਾਲ ਤਖਸਾਲ ਵਾਲੇ ਇਹਨਾਂ ਇਸ ਤੋਂ ਉਪਰੰਤ ਕਈ ਸੱਜਣਾ ਦੇ ਜ਼ੋਰ ਦੇ ਕੇ ਖਰੜੇ ਨੂੰ ਮੁੜ ਵਿਚਾਰਨ ਲਈ ਵੀ ਉਹਨਾਂ ਨੇ ਪੇਸ਼ਕਸ਼ ਕੀਤੀ ਇੱਕ ਹੋਰ ਸਮਾਗਮ 26 ਸਤੰਬਰ 1932 ਨੂੰ ਕੀਤਾ ਗਿਆ ਇਸ ਵਿੱਚ ਸਾਰੇ ਮੈਂਬਰ ਹਾਜ਼ਰ ਹੋਏ ਗਿਆਨੀ ਸ਼ੇਰ ਸਿੰਘ ਜੀ ਗਿਆਨੀ ਠਾਕੁਰ ਸਿੰਘ ਜੀ ਗਿਆਨੀ ਹਮੀਰਾ ਸਿੰਘ ਜੀ ਭਾਈ ਲਾਲ ਸਿੰਘ ਜੀ ਗਿਆਨੀ ਗੁਰਮੁਖ ਸਿੰਘ ਜੀ ਮੁਸਾਫਿਰ ਗਿਆਨੀ ਜੋਗਿੰਦਰ ਸਿੰਘ ਜੀ ਮੀਜ ਅਥੇਦਾਰ ਕੇਸਗੜ੍ਹ ਸਾਹਿਬ ਜਹੇਦਾਰ ਤੇਜਾ ਸਿੰਘ ਜੀ ਗਿਆਨੀ ਨਾਹਰ ਸਿੰਘ ਜੀ ਅਤੇ ਦਾਸ ਕਵੀਨਰ ਇਹਨਾਂ ਤੋਂ ਇਲਾਵਾ ਸੰਤ ਤੇਜਾ ਸਿੰਘ ਜੀ ਐਮਏ ਵੀ ਇਹਨਾਂ ਵਿਚਾਰਾਂ ਵਿੱਚ ਹਿੱਸਾ ਲੈਂਦੇ ਰਹੇ ਕਮੇਟੀ ਦੇ ਬਡੇ ਗੋਹ ਨਾਲ ਸਾਰੇ ਖਰੜੇ ਉੱਤੇ ਵਿਚਾਰ ਕੀਤੀ ਅਤੇ ਅੱਛੀ ਤਰ੍ਹਾਂ ਸੋਧਿਆ ਗਿਆ ਹੁਣ ਇਸ ਖਰੜੇ ਨੂੰ ਰੋਹ ਰੀਤ ਨੂੰ ਛੋਣੀ ਕਮੇਟੀ ਦੀ ਸੇਵਾ ਵਿੱਚ ਪੇਸ਼ ਕੀਤਾ ਗਿਆ ਕਿਰਪਾ ਕਰਕੇ ਇਸ ਖਰੜੇ ਨੂੰ ਛਪਵਾ ਕੇ ਸੰਗਤ ਸਾਹਮਣੇ ਅੰਤਮ ਰਾਇ ਦੇਣ ਦੀ ਭੇਜਣ ਲਈ ਖਰੜਾ ਪ੍ਰਮਾਣਿਕੀ ਦਿੱਤੀ ਗਈ ਇਹ ਤੇਜਾ ਸਿੰਘ ਜੀ ਵੱਲੋਂ ਜੋ ਕਿ ਛੋਣੀ ਕਮੇਟੀ ਵਿਖੇ ਭੇਜਣਾ ਕੀਤਾ ਗਿਆ ਦੇਖੋ ਇਹ ਸਾਰੇ ਵਿਦਵਾਨਾਂ ਨੇ ਕਈ ਕਈ ਦਿਨ ਇਹਨਾਂ ਦੇ ਉੱਤੇ ਵਿਚਾਰ ਕਰਕੇ ਖਰੜੇ ਭੇਜੇ ਆਮ ਤੌਰ ਦੇ ਉੱਤੇ ਖਰੜੇ ਦੀਆਂ ਰਾਵਾਂ ਫਿਰ ਸਾਰੇ ਪੰਥ ਦੇ ਕੋਲੋਂ ਮੰਗੀਆਂ ਗਈਆਂ ਉਸ ਸਮੇਂ ਜੋ ਪੰਥ ਦੇ ਮੁੱਖ ਵੱਡੇ ਵੱਡੇ ਗੁਰੂ ਘਰਾਂ ਵਿਖੇ ਇਹ ਸਾਰੀਆਂ ਰਾਵਾਂ ਵਸਤੇ ਭੇਜਣਾ ਕੀਤਾ ਜਿਨ੍ਹਾਂ ਵਿੱਚ ਖਰੜੇ ਸਬੰਧੀ ਰਾਵਾਂ ਭੇਜਣ ਵਾਲੇ ਸੱਜਣਾ ਤੇ ਸੁਭਾਵਾਂ ਦੇ ਨਾਂ ਇਸ ਪ੍ਰਕਾਰ ਹਨ ਭਾਈ ਸੱਜਣ ਸਿੰਘ ਜੀ ਮੁਹਾਫਿਜ਼ ਦਫ਼ਤਰ ਸ਼੍ਰੋਮਣੀ ਸ੍ਰੀ ਗੁਰਦੁਆਰਾ ਹਜ਼ੂਰ ਸਾਹਿਬ ਨੰਦੇੜ ਤੋਂ ਸਰਦਾਰ ਹਜਾਰਾ ਸਿੰਘ ਜੀ ਠੇਕੇਦਾਰ ਭਵਾਨੀਗੜ ਪਟਿਆਲੇ ਤੋਂ ਗਿਆਨੀ ਹੀਰਾ ਸਿੰਘ ਦਰਦ ਲਾਹੌਰ ਤੋਂ ਭਾਈ ਹਰਨਾਮ ਸਿੰਘ ਜੀ ਨਾ ਚੀਜ ਪਿੰਡ ਨਸ਼ਹਿਰਾ ਸੂਨ ਕੇਸਰ ਜ਼ਿਲ੍ਹਾ ਸ਼ਾਹਪੁਰ ਭਾਈ ਪ੍ਰਤਾਪ ਸਿੰਘ ਜੀ ਪੁਸਤਕਾਂ ਵਾਲੇ ਭਾਈ ਰਾਮ ਸਿੰਘ ਜੀ ਡੇਰਾ ਬੱਬਾ ਮਿਸ਼ਰਾ ਸਿੰਘ ਚੌਕ ਲక్ష్మణ ਸਰ ਅੰਮ੍ਰਿਤਸਰ ਗਿਆਨੀ 나ਹਰ ਸਿੰਘ ਜੀ ਅਸਲੀ ਕੌਮੀ ਦਰਦ ਸ਼੍ਰੀ ਅੰਮ੍ਰਿਤਸਰ ਵੱਲੋਂ ਪਹਿਲਾ ਖਰੜਾ ਇਹਨਾਂ ਨੇ ਭੇਜਣਾ ਕੀਤਾ ਸੀ ਗਿਆਨੀ 나ਹਰ ਸਿੰਘ ਜੀ ਅਸਲੀ ਦਰਦ ਸ੍ਰੀ ਅਮਰਸਰ ਵੱਲੋਂ ਦੂਸਰਾ ਵੀ ਵਾਰ ਵੀ ਖਰੜਾ ਭੇਜਿਆ ਗਿਆ ਸਰਦਾਰ ਗੰਡਾ ਸਿੰਘ ਜੀ ਜਮਾਦਾਰ ਪੈਨਸ਼ਨਰ ਜੋ ਕਿ ਫਾਰਸੀ ਦੇ ਵਿਦਵਾਨ ਸਨ ਜੋ ਜਲੰਧਰ ਡੀਸੀ ਵੀ ਰਹੇ ਵਿਅਕਤ ਨੌਰੰਗ ਸਿੰਘ ਸਰਦਾਰ ਗੁਰਬਖਸ਼ ਸਿੰਘ ਤੰਗੀ ਅਮਰਸਰ ਤੋਂ ਭਾਈ ਮੇਲਾ ਸਿੰਘ ਜੀ 784 ਤੋਂ ਭਾਈ ਕਾਨ੍ਹ ਸਿੰਘ ਜੀ ਸਰਦਾਰ ਬਹਾਦਰ ਨਾਬੇ ਤੋਂ ਇੱਕ ਪ੍ਰੇਮੀ ਸੱਜਣ ਫਿਰ ਇੱਕ ਪ੍ਰੇਮੀ ਸੱਜਣ ਇੱਕ ਸੰਤ ਟਹਿਲ ਸਿੰਘ ਜੀ ਮਜੀਠੇ ਅੰਮ੍ਰਿਤਸਰ ਤੋਂ ਭਾਈ ਨਰੈਣ ਸਿੰਘ ਜੀ ਮਸੀਤ ਪਲਕਾਉਟ ਡਾਕ ਨਗੜਦੀ ਵਾਲੋ ਸ਼ਾਹਪੁਰ ਤੋਂ ਭਾਈ ਉਤਮ ਸਿੰਘ ਜੀ ਚਿਟਾਂਗਾਗ ਬੰਗਾਲ ਡਾਕ ਰੇਲਵੇ ਬਿਲਡਿੰਗ ਚਿਟਾਂਗਾਗ ਐਡਿਟਰ ਖਾਲਸਾ ਕਾਲਜ ਐਡਵੋਕੇਟ ਸ੍ਰੀ ਅੰਮ੍ਰਿਤਸਰ ਤੋਂ ਭਾਈ ਅਮਰੀਕ ਸਿੰਘ ਜੀ ਚੂਨੇ ਵਾਲੇ ਗੁਜਰਾਂਵਾਲ ਤੋਂ ਸੰਤ ਗੁਲਾਬ ਸਿੰਘ ਜੀ ਖਾਲਸਾ ਆਨੰਦ ਪਵਨ ਮੋਗਾ ਫਿਰੋਜ਼ਪੁਰ ਤੋਂ ਗਿਆਨੀ ਹੀਰਾ ਸਿੰਘ ਟੋਡਿਆਲ ਜ਼ਿਲ੍ਹਮ ਤੋਂ ਸਰਦਾਰ ਭਾਈ ਆਨੰਦ ਸਿੰਘ ਜੀ ਇੰਜੀਨੀਅਰ ਬਾਬਾ ਬਖਤਾਵਰ ਲਾਲ ਸ਼ਰਮਾ ਬਠਿੰਡੇ ਤੋਂ ਮਾਸਟਰ ਬਚਨ ਸਿੰਘ ਜੀ ਬਚਨ ਸਿੱਧਵਾਂ ਕਲਾ ਲੁਧਿਆਣਾ ਤੋਂ ਭਾਈ ਵਿਸ਼ਨ ਸਿੰਘ ਜੀ ਸੋਹਾਣਾ ਗਿਆਨੀ ਦੁਆਬ ਦੁਆਬਾ ਖਾਲਸ ਕਾਲਜ ਜਲੰਧਰ ਤੋਂ ਭਾਈ ਨਾਜ਼ਮ ਸਿੰਘ ਸੁਧਾਰ ਦਿਨਾਪੁਰ ਪਟਨਾ ਤੋਂ ਸੰਤ ਗੁਲਾਬ ਸਿੰਘ ਘੋਲੀਆ ਮੋਗਾ ਤੋਂ ਸਰਦਾਰ ਗੰਡਾ ਸਿੰਘ ਜੀ ਜਾਚਕ ਅਮਰਸਰ ਤੋਂ ਮਾਸਟਰ ਪੂਰਨ ਸਿੰਘ ਜੀ ਆਨੰਦਪੁਰੀ ਚੌਂਕ ਕਰੋੜੀ ਅਮਰਸਰ ਤੋਂ ਗਿਆਨੀ ਬਚਿੱਤਰ ਸਿੰਘ ਜੀ ਖਾਲਸਾ ਟ੍ਰੇਡ ਏਜੰਸੀ ਕਲਕੱਤੇ ਤੋਂ ਭਾਈ ਤ੍ਰਿਪ ਸਿੰਘ ਜੀ ਨਾਗੋ ਕੀ ਸਰਲੀ ਅਮਰਸਰ ਤੋਂ ਗਿਆਨੀ ਰਣ ਸਿੰਘ ਜੀ ਦਮਦਮਾ ਸਾਹਿਬ ਮੀਰਪੁਰ ਬਰਾਸਤਾ ਜੇਹਲਮ ਤੋਂ ਭਾਈ ਚਤਰ ਸਿੰਘ ਜੀ ਸਰਵੰਗ ਬਾਦ ਸ਼ਹਿਰ ਮਲਾਇਆ ਟਾਪੂ ਤੋਂ ਭਾਈ ਠਾਕੁਰ ਸਿੰਘ ਜੀ ਸੰਸਾਰ ਪਿੰਡ ਫਤਿਹਗੜ੍ਹ ਕਨਈਆ ਡਾਕਾਣਾ ਖਾਸ ਗੁਰਦਾਸਪੁਰ ਤੋਂ ਪਿੰਡ ਕਰਤਾਰ ਪੰਡਿਤ ਕਰਤਾਰ ਸਿੰਘ ਜੀ ਦਾਖਾ ਲੁਧਿਆਣਾ ਤੋਂ ਭਾਈ ਪ੍ਰੇਮ ਸਿੰਘ ਜੀ ਗਿਆਨੀ ਖਾਲਸਾ ਕਾਲਜ ਰਾਵਲਪਿੰਡੀ ਤੋਂ ਭਾਈ ਗੁਰਦੇਵ ਸਿੰਘ ਜੀ ਦਰਸ ਚੱਕ 132 ਡਾਕਾਣਾ ਮਲਤਾਨ ਤੋਂ ਭਾਈ ਸੁੰਦਰ ਸਿੰਘ ਜੀ ਦੁਬੇਰਨ ਰਾਵਲਪਿੰਡੀ ਗਿਆਨੀ ਭਗਤ ਸਿੰਘ ਜੀ ਖਾਲਸਾ ਹਾਈ ਸਕੂਲ ਬਾਬਾ ਬਕਾਲ ਅੰਮ੍ਰਿਤਸਰ ਸਰਦਾਰ ਭਾਈ ਸ਼ਰਨ ਸਿੰਘ ਜੀ ਗ੍ਰੰਥੀ ਰਤਨ ਤਲਾ ਸ਼੍ਰੀ ਗੁਰੂ ਸਿੰਘ ਸਭਾ ਕਰਾਚੀ ਤੋਂ ਭਾਈ ਸ਼ਹਿਬਰ ਸਿੰਘ ਹੈਡਮਾਸਟਰ ਖਾਲਸਾ ਉਪਦੇਸ਼ਕ ਕਾਲਜ ਯਤੀਮ ਖਾਨਾ ਗੁਜਰਾਂਵਾਲ ਤੋਂ ਭਾਈ ਮਲ ਸਿੰਘ ਜੀ ਖੋਸਲਾ ਕਸ਼ਮੀਰ ਸਟੇਟ ਤੋਂ ਭਾਈ ਤੇਜਾ ਸਿੰਘ ਜੀ ਗਿਆਨੀ ਫਤੇਹ ਸਿੰਘ ਜੀ ਫਤੇਹ ਚੱਕ ਤਰਨਤਾਰਨ ਤੋਂ ਭਾਈ ਗੁਰਮੋਹ ਸਿੰਘ ਜੀ ਗ੍ਰੰਥੀ ਬਡੂਂਦੀ ਲੁਧਿਆਣੇ ਤੋਂ ਭਾਈ ਮੋਹਨ ਸਿੰਘ ਜੀ ਵੈਦ ਤਰਨਤਾਰਨ ਤੋਂ ਭਾਈ ਜੋਤ ਸਿੰਘ ਜੀ ਕਿਰਪਾਨ ਬਹਾਦਰ ਅਲੋਵਾਲ ਮਨਾਇਆ ਸਟੇਟ ਤੋਂ ਭਾਈ ਪ੍ਰੇਮ ਸਿੰਘ ਜੀ ਪੈਨਸ਼ਨਰ ਮੰਗਟ ਗੁਜਰਾਤ ਤੋਂ ਭਾਈ ਮਹਾ ਬਲਬੀਰ ਸਿੰਘ ਜੀ ਅਕਾਲੀ ਪਿੰਡ ਪੱਤੋਆ ਸਿੰਘ ਵਾਲੀ ਡਾਕਨ ਅਫਰੂਜ਼ਪੁਰ ਤੋਂ ਭਾਈ ਮਨੋਹਰ ਸਿੰਘ ਜੀ ਪਹਿਲਾ ਹੈੱਡ ਕਲਰਕ ਸਥਾਨਕ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅਮਰਸਰ ਭਾਈ ਮਹਿੰਦਰ ਸਿੰਘ ਜੀ ਪ੍ਰਧਾਨ ਗੁਰਦੁਆਰਾ ਕਮੇਟੀ ਸਮਾਜ ਭਾਈ ਪਿੰਡ ਅਨੂਫ ਅਣੂਕੇ ਫਿਰੋਜ਼ਪੁਰ ਭਾਈ ਗੁਰਬਚਨ ਸਿੰਘ ਇਹ ਪੰਜਾਬ ਕੋ ਨਾਂ ਜੋ ਲਿਸਟ ਵਿੱਚ ਆਏ ਨੇ ਜਿਨ੍ਹਾਂ ਦੇ ਜੋ ਕਿ ਸ਼ੋਰਨਿੰਗ ਦਾ ਪਰਮੰਦਰ ਕਮੇਟੀ ਵੱਲੋਂ ਛਪੀ ਹੋਈ ਅਕਾਲ ਤਖਤ ਤੋਂ ਛਪੀ ਹੋਈ ਸਿੱਖ ਰਹਿਤ ਮਰਿਆਦਾ ਦੇ ਜਿਨ੍ਹਾਂ ਨੇ ਲੋਕਾਂ ਨੇ ਵਿਦਵਾਨਾਂ ਨੇ ਰੋਅੇ ਭੇਜੀਆਂ ਸਨ ਕੁਝ ਕੋ ਨਾਂ ਜੋ ਆਉਂਦੇ ਨੇ ਰੋਹਰੀ ਦੇ ਖਰੜੇ ਸਬੰਧੀ ਹੀਟ ਲਿਖੇ ਪੰਥਕ ਜਥਿਆਂ ਦੀਆਂ ਕੁਝ ਰਾਵਾਂ ਪੁੱਜੀਆਂ ਜਿਨ੍ਹਾਂ ਦੇ ਵਿੱਚ ਸ਼੍ਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਖਡੂਰ ਸਾਹਿਬ ਅੰਮ੍ਰਿਤਸਰ ਖਾਲਸਾ ਕਾਲਜ ਹੋਤੀ ਸ਼੍ਰੀ ਗੁਰਦੁਆਰਾ ਸਿੰਘ ਸਭਾ ਗੁਜਰਾਵਾਲ ਸਿੱਖ ਇਸਤਰੀ ਵਿਦਿਅਕ ਕਮੇਟੀ ਸ਼ੰਕਰ ਜਲੰਧਰ ਸੰਗਤ ਤਖਤ ਸ਼੍ਰੀ ਕੇਸਗੜ ਸਾਹਿਬ ਆਨੰਦਪੁਰ ਸ਼੍ਰੀ ਗੁਰੂ ਸਿੰਘ ਸਭਾ ਗੁਜਰਖਾਨਾ ਸ਼੍ਰੀ ਗੁਰੂ ਸਿੰਘ ਸਭਾ ਚੱਕ ਝੁਮਰਾ ਮੰਡੀ ਲਾਇਲਪੁਰ ਸ਼੍ਰੀ ਗੁਰੂ ਸਿੰਘ ਸਭਾ ਕੁੰਤਰੀਲਾ 라ਵਲਪਿੰਡੀ ਅਕਾਲੀ ਜਥਾ ਸ਼ਹਿਰ ਸ੍ਰੀ ਅਮਰਸਰ ਸਿੱਖ ਟੀਚਰਜ਼ ਐਸੋਸੀਏਸ਼ਨ ਖਾਲਸਾ ਸਕੂਲ ਖਾਰੀਆਂ ਗੁਜਰਾਤ ਖਾਲਸਾ ਸੈਂਟਰਲ ਦੀਵਾਨ ਸ਼ੋਰੋਮਣੀ ਪੰਥ ਮਲੋਣੀ ਜਥਾ ਮਾਝਾ ਸ੍ਰੀ ਗੁਰੂ ਸਿੰਘ ਸਭਾ ਟੁਡੇয়াল ਜੇਹਲਮ ਸ੍ਰੀ ਗੁਰੂ ਸਿੰਘ ਸਭਾ ਬੰਬਈ ਗੁਰੂ ਨਾਨਕ ਖਾਲਸਾ ਮਿਡਲ ਸਕੂਲ ਡੇਹਰਾ ਸਾਹਿਬ ਜਾਮਾ ਰਾਏ ਖਾਲਸਾ ਦੀਵਾਨ ਲਾਹੌਰ ਸ਼ੌਣੀ ਸੈਂਟਰਲ ਸਿੱਖ ਨੌਜਵਾਨ ਸਭਾ ਬਰਮਾ ਟੌਂ ਟੌਂਜੀ ਖਾਲਸਾ ਦੀਵਾਨ ਬਰਮਾ 77 ਅਕਾਲੀ ਜਥਾ ਤਖਤ ਤਹਿਸੀਲ ਅੰਬਾਲਾ ਸ਼੍ਰੀ ਗੁਰੂ ਸਿੰਘ ਸਭਾ ਖੁਸ਼ਬ ਸਰਗੋਦਾ ਇਤਿਹਾਦਿਕ ਗੁਰਦੁਆਰਾ ਕਮੇਟੀ ਮੋਇਆ ਬਰਮਾ ਅਮਰੀਕਾ ਤੋਂ ਜਸੇਦਾਰ ਬੁੱਢਾ ਸਿੰਘ ਨਿਹੰਗਦਿਲ ਦਲ ਦਲ ਚਲਦਾ ਵਹਿਰ ਧੋਬੀ ਮੰਡੀ ਲਾਹੌਰ ਤੋਂ ਇਤਿਹਾਸਿਕ ਜੋ ਕਿ ਵਕ ਵਕ ਲੋਕਾਂ ਨੇ 라ਵਾ ਵੀ ਭੇਜੀਆਂ ਸਿੱਖ ਇੱਕ ਐਸੀ ਰਹਿਤ ਮਰਿਆਦਾ ਬਣਾਉਣ ਵਾਸਤੇ ਜਿਹਦੇ ਨਾਲ ਸਾਰੇ ਗੁਰਦੁਆਰਿਆਂ ਦੀ ਅਤੇ ਸਿੱਖਾਂ ਦੀ ਇੱਕ ਐਸੀ ਰਹੁ ਰੀਤ ਬਣਾਈ ਜਾਵੇ ਇੱਕ ਐਸੀ ਮਰਿਆਦਾ ਬਣਾਈ ਜਾਵੇ ਜੋ ਕਿ ਸਿੱਖਾਂ ਦੇ ਇੱਕ ਲਈ ਲਾਭਦਾਇਕ ਹੋਏਗਾ ਅਸੀਂ ਮੈਂ ਮੇਰੇ ਵੱਲੋਂ ਕੋਸ਼ਿਸ਼ ਹੋਵੇਗੀ ਕਿ ਰੋਜ਼ਾਨਾ ਕੋਈ ਨਾ ਕੋਈ ਟੌਪਿਕ ਸਿੱਖ ਰਹਿਤ ਮਰਿਆਦਾ ਦੇ ਉੱਤੇ ਵੀ ਸੰਬੰਧਿਤ ਕਿਉਂਕਿ ਕਈ ਐਸੇ ਟੌਪਿਕ ਨੇ ਜਿਨ੍ਹਾਂ ਦੇ ਉੱਤੋਂ ਅਸੀਂ ਅਭੀਸਲੇ ਹਾਂ ਜਾਂ ਕਿਹੜੇ ਕੰਮ ਸਾਨੂੰ ਸਿੱਖ ਨੂੰ ਕਰਨੇ ਚਾਹੀਦੇ ਨੇ ਕਿੰਨਾ ਕੰਮਾਂ ਤੋਂ ਪਰਹੇਜ਼ ਕਰਨਾ ਹੈ ਉਸੇ ਉੱਤੇ ਅਸੀਂ ਵਿਚਾਰ ਕਰਿਆ ਕਰਾਂਗੇ ਸੋ ਇੰਨੀਆਂ ਕ ਬੇਨਤੀਆਂ ਪ੍ਰਵਾਨ ਕਰਦਿਆਂ ਪੁੱਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ